ਆਮ ਆਰਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਰੱਖੇ ਗਏ ਵਰਤ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਖਟਕੜ ਕਲਾਂ ਵਿਖੇ ਵਰਤ ਰੱਖਿਆ ਇਸ ਮੌਕੇ ਪਾਰਟੀ ਦੇ ਕਈ ਉੱਗੇ ਆਗੂ ਵੀ ਉਹਨਾਂ ਦੇ ਨਾਲ ਹਾਜ਼ਰ ਸਨ ਆਪ ਪਾਰਟੀ ਵੱਲੋਂ ਕੌਮੀ ਪੱਧਰ ਤੇ ਅੱਜ ਸਵੇਰੇ 11 ਵਜੇ ਤੋਂ ਜੰਤਰ ਮੰਤਰ ਵਿਖੇ ਦਿਨ ਭਰ ਲਈ ਵਰਤ ਰੱਖਿਆ ਗਿਆ ਹੈ